ਲੱਗੇ ਤੇ ਤਾੜੀ ਮਾਰ ਦਿਓ, ਫਿਰ ਮੈਚ ਸ਼ੁਰੂ ਹੋ ਜਾਣਾ। ਇੱਕ ਸਾਡੇ ਵੀਰ ਪਹੁੰਚੇ ਹੋਏ ਆ ਖਾਨਪੁਰ ਤੋਂ, ਖਾਨਪੁਰ ਪਿੰਡ ਤੋਂ ਮੁੰਡੇ ਆਏ ਹੋਏ ਆ। ਉਹ ਕਹਿੰਦੇ ਵੀ ਜੇ ਅੱਜ ਜਸ਼ਨ ਆਲਮਗੀਰੀਆ ਟਰੈਕਟਰ ਜਿੱਤਾ ਤੇ ਇੱਥੋਂ ਲੈ ਕੇ ਆਲਮਗੀਰ ਤੱਕ ਭੰਗੜੇ ਪਾਉਂਦੇ ਜਾਵਾਂਗੇ। ਜੇ ਜਸ਼ਨ ਜਿੱਤਾ ਤੇ ਇੱਥੋਂ ਕਹਿੰਦੇ ਆਲਮਗੀਰ ਤੱਕ ਭੰਗੜੇ ਪੈਂਦੇ ਜਾਣਗੇ। ਇਹ ਖੁਸ਼ੀ ਹੁੰਦੀ ਹੈ, ਇਹ ਆਪਣੇ ਚਹੇਤੇ ਦਾ ਮਾਣ ਹੈ। ਔਰ ਜਿੱਤ ਕੇ ਕੌਣ ਜਾਊਗਾ ਇਹ ਸਮੇਂ ਦੀਆਂ ਬਾਤਾਂ ਹੈ। ਲੈ ਵੀ ਅਮਰੀਕ ਚੁੱਕ ਲੈ ਮਾਈਕ, ਫਾਈਨਲ ਕਬੱਡੀ ਕੱਪ ਫਾਈਨਲ ਮੈਚ ਲਹਿਰ ਦੇ ਕਬੱਡੀ ਕੱਪ ਦਾ ਇੱਕੋ ਇੱਕ ਯਾਦਗਾਰੀ ਮੈਚ ਸ਼ੁਰੂ ਹੋਣ ਲੱਗਾ। ਹੈਲੋ, ਧੌਲ ਮਾਰੇ ਤੋਂ ਲਵੀ ਕੈਨੇਡਾ ਜੀ ਪਹੁੰਚੇ ਨੇ, ਦਵਿੰਦਰ ਸਰਪੰਚ ਮਲੇਰਕੋਟਲਾ, ਜਸਵੀਰ ਬਾਜਵਾ ਜੀ ਕਹਿੰਦੇ ਵੀ 1 ਮਾਰਚ ਜਾ ਕਰੋ ਸੈਣ ਖੇ ਸਟੇਡੀਅਮ ਮਲੇਰਕੋਟਲੇ ਦੇ ਵੱਡੇ ਕਬੱਡੀ ਕੱਪ ਦੀ ਬੈਸਟਾਂ ਨੂੰ ਬੁਲਟ ਦਿੱਤੇ ਜਾਣਗੇ। ਅਮਰੀਕ ਪਹਿਲੀ ਪੈ ਗਈ ਉਹ ਪਹਿਲੀ ਪੈ ਗਈ ਮੇਰੇ ਮਿੱਤਰੋ ਰਾਜੂ ਕਹਿੰਦੇ ਕੋਟਲਾ ਭੜੀ ਵਾਲੇ ਸਵੇਰੇ ਰੇਡ ਪਾ ਰਿਹਾ। ਪਹਿਲੀ ਰੇਡ ਦੇ ਉੱਪਰ ਦਿਲਬਾਗ ਸਿੰਘ ਜੀ ਸਰਪੰਚ, ਆਓ ਕਹਿੰਦੇ 1000 ਰਾਜੂ ਦੇ ਪੈਸੇ ਲੈ ਜਾਓ, ਨਾਲ ਕਹਿੰਦੇ ਪ੍ਰਗਟ ਸਿੰਘ ਜੀ ਆ ਵੱਲੋਂ ਉਹ ਵੀ 1000 ਰਾਜੂ ਦੇ ਪੈਸੇ ਲੈ ਜਾਓ ਫੜ ਕੇ ਵੀਰਾ ਜੀ। ਪਾਣੀ ਵਾਲਿਆ ਇਹ ਵੀਰ ਹੈ ਸਾਡਾ, ਚੰਡੀਗੜ੍ਹ ਇਕੱਠੇ ਸੀ ਦਿਲੋਂ ਦਵਾਵਾਂ ਨੇ। ਓ ਜਸ਼ਨ ਦੇ ਮਾਮਾ ਜੀ ਕਹਿੰਦੇ ਜੇ ਜੱਫਾ ਲਾ ਜਾ ਜਾ ਫੀਰੂ, ਜੇ ਸਾਡੇ ਵਾਲਾ ਮੁੜਿਆ ਆ ਤੇ 1100 ਹੋ ਗਈ ਹੈ। ਸਤੋਂ ਸ਼ੇਰ ਪਰਦੋਨੇ ਵਾਲਾ ਪੰਜਾਬ ਵਿੱਚ ਕਬੱਡੀ ਦੇ ਲੈਣ ਸੁਪਨੇ ਕਈ ਮਾਵਾਂ ਨੇ ਲਾਲ, ਕੋਈ ਫੈਨ ਹੋਇਆ ਦੁੱਲਿਆਂ ਦਾ, ਆਦਰਸ਼ ਕਿਸੇ ਦਾ ਕਨੌਰ ਕੋ ਲਾਲ, ਕੋਈ ਜਲਾਲਪੁਰੀਏ ਪਾਲੀ ਨੂੰ ਮੰਨਦਾ ਏ ਹੀਰੋ ਕਿਸਦਾ ਬਿੱਟੂ ਦਗਾਲ, ਕੋਈ ਸੁਖਮਨ ਅਰਸ਼ ਨੂੰ ਪਿਆਰ ਕਰਦਾ ਹੈ, ਕੋਈ ਤੁਰਦਾ ਸੁਲਤਾਨ ਬਾਗੀ ਦੀ ਚਾਲ। ਆਓ ਵੇਖਦੇ ਵੀ ਇੱਕ ਪਾਸੇ ਰਾਜੂ ਕੋਟਲਾ ਭੜੀ ਵਾਲਾ ਹੈ, ਵੱਡੀ ਗੱਡੀ ਦੇ ਨਾਲ ਵੱਲੋਂ ਮਾਰਦੇ ਕਬੱਡੀ ਕਰਦੇ ਮਾਣ ਮਿਲਿਆ। ਆਹ ਅਗਲੀ ਕਬੱਡੀ ਲੈ ਵੀ ਮਿਕਿਆ ਲਸ਼ਰ ਭਰਾ ਕਹਿੰਦੇ ਹੈ ਤੇ ਨਾਲ ਕਹਿੰਦੇ ਦੀਪਾ ਖੱਖ ਹੈ ਡੀ ਏ ਵੀ ਕਬੱਡੀ ਕਲੱਬ ਕੈਲੀਫੋਰਨੀਆ ਦੇ ਵੱਲੋਂ ਜਲਦੀ ਐਲਾਨ ਕੀਤਾ ਜਾਊਗਾ ਵੀ ਆਹ ਵੀ ਮੁੰਡਾ ਗੱਡੀ ਨੂੰ ਡਿਜ਼ਰਵ ਕਰਦਾ ਹੈ ਅਮਰੀਕ। ਲਾਗਲੀ ਕਬੱਡੀ ਮੈਦਾਨ ਜੀ ਟੇਕਿਆ ਧਰਤੀ ਮਨ ਮੱਥਾ ਹੈ, ਜਰਗੜੀ ਵਾਲਾ ਸੱਤੀ ਹੈ, ਜਰਗੜੀ ਵਾਲਾ ਸੱਤੀ ਮੇਰੇ ਵੀ ਉੱਧਰ ਗਰੀਬ ਸਿੰਘ ਜੀ ਯੂਐਸਏ, ਜੱਗਾ ਯੂਐਸਏ, ਹਰਜਿੰਦਰ ਯੂਐਸਏ ਕਹਿੰਦੇ ਵੀ ਜਿਹੜਾ ਫਾਈਨਲ ਜਿੱਤੂ 2100 ਦਿੱਤਾ ਜਾਵੇਗਾ। ਆਓ ਕਹਿੰਦੇ ਜਰਗੜੀ ਪਿੰਡ ਮੁੰਡੇ ਦਾ ਧੁੰਮ ਕਹਿੰਦੇ ਦੁਨੀਆ ਦੇ ਵਿੱਚ ਪਈ ਆ, ਉਹ ਮੁੰਡੇ ਕਹਿੰਦੇ ਅੱਜ ਉਹਦੇ ਇਲਾਕੇ ਤੋਂ ਆਇਆ ਅਮਰੀਕ ਸਿੰਘ ਕਿ ਨਾਲੇ 24 ਘੰਟੇ ਨਿੰਦਦੇ ਪ੍ਰਾਹੁਣੇ ਨੂੰ, ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ, ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ। ਆਹ ਮਾਨਸੇ ਵਾਲਾ ਗੱਲ ਬਣਾ ਗਿਆ ਦੀਪ ਦਬੁਰਜੀ ਵਾਲਾ, ਮੱਝ ਦਾ ਮੁਝਾਰ ਜੱਟ ਕੇ ਹਰਿਮੰਦਰ ਵੱਲ ਜਾਂਦੇ ਰਾਈਓ, ਜਾਣਾ ਗੁਰੂ ਦੁਆਰੇ ਬਈ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ
ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ। ਉਧਰ ਕਿਵੇਂ ਪਿਆਰੇ ਮੰਨਦੇ ਵੀ ਪੂਰੀ ਟੀਮ ਦਾ ਕਰੂ ਦਾ ਧੰਨਵਾਦ ਹੈ। ਇਹ ਨਹੀਂ ਵੀ ਇੱਕ ਵਾਰੀ ਲਾਤੀ ਤੇ ਬਾਅਦ ਚ ਬਹਿ ਗਏ, ਕੱਲੇ ਕੱਲੇ ਵੀਰ ਨੂੰ ਪੁੱਛਦੇ ਆ ਵੀ ਸਵਾਦ ਆ ਰਿਹਾ ਹੈ। ਆਹ ਦਿਲੋਂ ਦਵਾਵਾਂ ਨੇ ਗੁਰਵਿੰਦਰ ਸੇਵ ਕੋਲੀ ਜਸ਼ਨ ਹੋਣੀ, ਉਹ ਪੂਰੀ ਟੀਮ ਦਾ ਧੰਨਵਾਦ ਹੈ ਜਿਹੜੇ ਕਿਵੇਂ ਤਰੋ ਮਨੋ ਸੇਵਾ ਕਰ ਰਹੇ ਹੈ। ਮੇਰ ਕਰੇ ਪ੍ਰਮਾਤਮਾ ਉਹ 5 ਮਾਰਚ ਰਾਮਪੁਰ ਦੇ ਵਿੱਚ ਬੇਲਾ ਚੋਟੀ ਦਾ ਚੋਟੀ ਦਾ ਚੋਟੀ ਦਾ ਚੋਟੀ ਦਾ ਮੇਲਾ ਚੋਟੀ ਦਾ ਲਵੀ ਰੱਤੋ ਵਾਲੀ ਹੈ ਮਸਲਾ ਤੇ ਸਾਰਾ ਰੋਟੀ ਦਾ ਮੇਲਾ ਚੋਟੀ ਦਾ। ਆਹ ਪੇਹੂ ਕੌਡੀ ਪ੍ਰਵਾਨੀ ਕਰਦਾ ਕਰਦਾ ਆਹ ਮੁੰਡਾ ਕੌਡੀ ਖੇਡਣ ਲੱਗਾ ਤੇ ਦੁਨੀਆਂ ਦਾ ਕਹਿੰਦਾ ਚੋਟੀ ਦਾ ਸਟਾਰ ਬਣ ਗਿਆ। ਇਹ ਹੈ ਜਸ਼ਨ ਪ੍ਰਵਾਨ ਮਾਤਾ ਰਜਵੰਤ ਕੌਰ ਦੇ ਪੁੱਤ ਨੇ ਪਹਿਲਾਂ ਕੀਤੀ ਪ੍ਰਵਾਨੀ। ਇੱਕ ਪਾਸੇ ਨਾਗਿਨ ਗੱਭਰੂ ਮਨੀ ਧਨੌਲੀ ਵਾਲਾ, ਪਰ ਅੰਕ ਟੀਮ ਦੇ ਖਾਤੇ ਹੈ ਕਿ ਲਿਖੇ ਪੁੱਟੇ ਦਾ ਪ੍ਰੀਤ ਬਹੁਤ ਹੀ ਕਰਨਾ ਉਡੀਕ ਪਹੁੰਚੇ ਲੋਕੀ ਟਾਈਮ ਵਿੱਚੋਂ ਟਾਈਮ ਕੱਢ ਕੇ ਸਾਰਾ ਰੀਅਲ ਟੱਕਰਾਂ ਦੇ ਵੇਖਣੀਆਂ। ਬਹਿ ਜਾਓ ਲੋਕੋ ਲਾਈਨ ਛੱਡ ਕੇ ਆਹ ਪਈ ਹੋ ਕੌਡੀ ਰਾਜੂ ਕੋਟਲਾ ਭੜੀ ਵਾਲਾ। ਰਾਜੂ ਕਹਿੰਦੇ ਕੋਟਲਾ ਭੜੀ ਵਾਲਾ ਮੁੰਡੇ ਨਸਰਾਣੀ ਵਾਲੇ ਕਹਿੰਦੇ 5ਵੇਂ ਮਹੀਨੇ ਆਪਣੇ ਵੀ ਮੇਲਾ ਹੋਣਾ, ਪਰ ਇੱਧਰ ਕਹਿੰਦੇ ਰਾਜੂ ਇਹ ਕਹਿੰਦੇ ਕੋਟਲਾ ਭੜੀ ਵਾਲਾ ਮੇਰੇ ਮਿੱਤਰ ਕਬੱਡੀ 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 ਹੋ ਗਈ ਹੈ ਬੋਲੇ ਜਕਾਰੇ। ਓ ਮੇਲਾ ਮੇਰੇ ਮਿੱਤਰੋ ਹੂਟਰ ਵਾਲਿਆ ਚੱਕ ਦੇ ਕੰਮ ਮਾੜਾ ਜਿਹਾ, ਅੱਜ ਭੰਗੜੇ ਪੈਣਗੇ, ਅੱਜ ਭੰਗੜੇ ਪੈਣਗੇ। 24 ਫਰਵਰੀ ਜਸ ਜੰਡਿਆਲੀ ਕਹਿੰਦੇ ਜੰਡਿਆਲੀ ਵੇਲੀ ਸੱਭੇ ਦੇ 24 ਫਰਵਰੀ ਮੇਜਰ ਲੀਗ ਖੇਡੂ, ਅੱਜ ਮੇਲਾ ਲਾ ਇਹ ਨੀ ਰੁਕਦਾ, ਆ ਜਾਂਦਾ ਬੁੱਕਦਾ ਇਹ ਨੀ ਰੁਕਦਾ, ਆ ਜਾਂਦਾ ਬੁੱਕਦਾ ਇਹ ਨੀ ਰੁਕਦਾ। ਲੈ ਵੀ ਸੁਖੀ ਲਾਪਰਾ ਮਾਰਿਆ, ਵੇਖ ਲੈ ਵੀ ਮੈਦਾਨ ਦੇ ਵਿੱਚ ਕਿ ਬੰਦੇ ਪੱਕੀਆਂ ਜਵਾਨਾਂ ਵਾਲੇ ਆ, ਅਸੀਂ ਅੜੀ ਖੋਰ ਵੀ ਪਾਲੇ ਆ, ਕਦੇ ਪੁੱਛ ਕੇ ਵੇਖ ਲਈ ਉਹਨਾਂ ਤੋਂ ਕੱਢੇ ਬਹਿਮ ਜਿਹਨਾਂ ਨੇ ਪਾਲੇ ਹੈ। ਹੁਣ ਲੜਤੋਂ ਵਾਲੇ ਦਾ ਰੱਬ ਰਾਜੀ, ਸੁਣ ਨੀਂਦਾ ਕਿਹਾਂ ਨੇ ਉੱਡੀਆਂ ਨੇ ਜਿਹਨੇ ਸੜਨਾ ਹੈ ਯਾਰਾਂ ਤੋਂ ਸੜੀ ਜਾਵੇ। ਅਸਮਾਨੀ ਚੜੀਆਂ ਗੁੱਡੀਆਂ ਨੇ, ਅਸਮਾਨੀ ਚੜੀਆਂ ਗੁੱਡੀਆਂ ਨੇ, ਦੀਪ ਆ ਗਿਆ। ਉਹ ਦੀਪ ਕਹਿੰਦੇ ਅੱਜ ਟਰੈਕਟਰ ਵਾਲਾ ਮੇਲਾ ਚੱਲਦਾ ਮੇਰੇ ਮਿੱਤਰ, ਕਿ ਜਦੋਂ ਮੈਂ ਪਾਇਆ ਟਾਪ ਗੇੜ ਵਿੱਚ ਬੜਾ ਨਜ਼ਾਰਾ ਆਊ। ਹੁਣ ਤੇਰੇ ਪੇਕਿਆਂ ਨੂੰ ਫੋਰ ਛੁਕਦਾ ਜਾਊ, ਹੁਣ ਤੇਰੇ ਪੇਕਿਆਂ ਨੂੰ ਫੋਰ ਛੁਕਦਾ ਜਾਊ, ਕਿ ਪਿੰਡਾਂ ਵਿੱਚ ਨਾ ਹੁਣ ਫੈਸਲੇ ਲਾਂਗ ਡਾਰ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋਰਡ ਬੁਲਟ ਤੇ ਜੀਪਾਂ ਦੇ। ਉਧਰ ਬੱਗਾ ਕੈਨੇਡਾ, ਸੁੱਖਾ ਕੈਨੇਡਾ ਤੇ ਸੰਦੀਪ ਨਿਜ਼ਾਮਪੁਰ, ਸੁੱਖਾ USA ਮਾਮੇ ਭਣਦੇ ਆ ਨਾ, ਉਹੀ ਆ ਨਾ ਬੱਗਾ ਬਾਈ ਜੀ, ਪਾਣੀ ਵਾਲੀ ਵਾਲੀ ਬੋਲਦਾ ਹੈ ਤੇ ਨਾਲ ਸੰਦੀਪ। ਹੈਲੋ, ਉਹਨਾਂ ਵੱਲੋਂ ਕਹਿੰਦੇ ਜਿੱਤਣ ਵਾਲੀ ਟੀਮ ਨੂੰ 1000 ਵੱਡੇ ਪਿਆਰ ਵੱਡੇ ਸਤਿਕਾਰ। ਉਹ ਐਨੂੰ ਕੀ ਕਹਿੰਦੇ ਆ, ਇਹਨੂੰ ਕਹਿੰਦੇ ਧਰਤੀ ਤਾਕਤ ਕੇਲ ਸਿੰਘ ਕਹਿੰਦੇ ਹੈ, ਇਹਨੂੰ ਝੋਟੇ ਜੀ ਨੀ ਜਾਣ ਵਾਲਾ ਕਹਿੰਦੇ ਹੈ, ਇਹਨੂੰ ਜਸ਼ਨ ਆਲਮਗੀਰੀਆ ਕਹਿੰਦੇ। ਬੇਬੀ ਜੋ ਉਹ ਆ ਨਹੀਂ ਰੁਕਦਾ, ਇਹ ਨਹੀਂ ਰੁਕਦਾ। 29 ਫਰਵਰੀ ਮਦਨੀਪੁਰ ਦੇ ਵਿੱਚ ਮੇਲਾ ਹੋਵੇਗਾ। 29 ਫਰਵਰੀ ਰਾਜਪਾਲ ਜੀ ਸਾਡੇ ਮਾਮਾ ਜੀ ਕਹਿੰਦੇ ਵੀ ਜਸ਼ਨ ਦੇ ਲਈ ਜਸ਼ਨ
1100 ਪੁੱਜਦਾ ਕੀਤਾ ਹੈ 1100। ਉਧਰ ਕਹਿੰਦੇ ਜੱਗੀ ਸੋਮਲ ਖੇੜੀ ਪਿੰਡ ਹੈ, ਇਹ ਵੀਰ ਨੇ ਦਵਾਵਾਂ ਨੇ, ਸੋਮਲ ਖੇੜੀ ਪਿੰਡ ਹੈ ਜਗਸੀਰ ਸਾਡੇ ਦਾ। ਅਗਲੀ ਰੇਡ ਕਹਿੰਦੇ ਜਸ਼ਨ, ਲੈ ਵੀ ਖਾਨਪੁਰੀਓ ਤਾੜੀ ਮਾਰ ਕੇ ਦੱਸੋ ਵੀ ਕਿੰਨਾ ਕੁ ਪਿਆਰ ਕਰਦੇ ਹੈ। ਭੰਗੜੇ ਪੈਂਦੇ ਆ, ਰੁਮਾਲ ਘੁੰਮਦੇ ਆ ਕਿ ਉਂਗਲੀ ਤੇ ਰੁਮਾਲ ਘੁਮਾਉਂਦਾ ਨੀ, ਦਿਲਵਰ ਜਾਨੀ ਦਿਲਵਰ ਜਾਨੀ। ਆਹ ਰੇਟਾ ਰਿਬੇਰ ਬੇਰ ਕੇ ਪਾਉਂਦਾ ਹੈ ਆਰਮੀ ਦਾ ਜਸ਼ਨ, ਰੇਟਾ ਬੇਰ ਬੇਰ ਕੇ ਪਾਉਂਦਾ ਹੈ। ਹੈਪੀ ਤਿਆਰ ਹੈ, ਸੱਤੂ ਤਿਆਰ ਹੈ, ਮਨੀ ਤਿਆਰ ਹੈ, ਆਇਆ ਸ਼ੇਰਪੁਰ ਦੋਨੇ ਵਾਲਾ ਹੈ, ਪਰ ਮੈਦਾਨ ਦੇ ਅੰਦਰ ਆਹ ਗਰਾਊਂਡ ਦੇ ਵਿੱਚ ਨੰਬਰ ਕਿਹਦੇ ਰੇਡਰ ਦਾ? ਉਧਰ ਸੁੱਖਾ ਯੂਐਸਏ, ਬੱਗਾ ਕੈਨੇਡਾ, ਸੰਦੀਪ ਨਿਜ਼ਾਮਪੁਰ, ਸੰਦੀਪ ਜੀ ਸਾਡੇ ਨਿਜ਼ਾਮਪੁਰ ਵਾਲੇ ਸਾਰੇ ਵੀਰ। ਜਸ਼ਨ ਦੀਆਂ ਤਿੰਨ ਰੇਡਾਂ ਤੇ 2100 ਦਿੱਤਾ ਜਾਵੇਗਾ। ਸਵਰਨ ਹਰਪ੍ਰੀਤ ਨੂੰ ਕਹਿੰਦੇ 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 ਵੀ ਫੜ ਲੋ ਪਿਆਰੀਆਂ ਗਰਾਰੀਆਂ, ਦੰਦੇ ਆੜੀਆਂ ਗਰਾਰੀਆਂ ਦੇ ਭੋਰ ਦਿੰਦੇ ਹੈ। ਆਹ ਚੋਟੀ ਦਾ ਮੈਚ ਹੈ, ਸਿਰੇ ਦੀ ਟੱਕਰ ਹੈ, ਲੈ ਵੀ ਸੰਧੂ ਹੈ, ਇਸ ਤੋਂ ਸੈਕਿੰਡ ਹਾਫ ਦੀ ਖੇਡ ਸਾਡੇ ਵੀਰ ਡਿਊਟੀ ਨਿਭਾਉਣਗੇ। ਖਿੱਚ ਖਿੱਚ ਪਿਆਰੀ, ਲੈ ਵੀ ਹਰਪ੍ਰੀਤ ਆ ਜਾ ਵੱਡੇ ਬਾਈ, ਦਵਾਵਾਂ ਨੇ 5 ਸਾਲ ਦਾ ਵੀਜ਼ਾ ਹੈ ਹਰਪ੍ਰੀਤ ਨੀਤਾਂ ਨੂੰ ਬਰਾਬਰ ਨੇ। ਉਹ ਦਵਾਵਾਂ ਨੇ ਇੱਕ ਮਿਸਾਲ ਹੈ, ਇੱਕ ਦਾ ਪਹਿਲਾਂ ਵੀਜ਼ਾ ਲਾ ਗਿਆ, ਦੂਜੇ ਦਾ ਰਹਿ ਗਿਆ, ਦੂਜੇ ਜੀ ਜਿੱਦ ਫੜੀ ਸੀ, ਅਸੀਂ ਕੀ ਲੈਣਾ ਇੱਦਾਂ ਦੀ ਨਜ਼ਾਰੇ। ਲਓ ਰਾਜੂ ਆ ਗਿਆ ਕੋਟਲੇ ਵਾਲਾ, ਹਰਮੇਸ਼ ਅਮਰੀਕਾ, ਜੇਐਮਡੀ ਟਰਾਂਸਪੋਰਟ, ਇੰਦਰਜੀਤ ਹੋਣਾ ਦਾ, ਬਾਈ ਸਤਨਾਮ ਹੋਣਾ ਦਾ, ਬਾਈ ਨਵੀਂ ਪੰਧੇਰ ਹੋਣਾ ਦਾ, ਪ੍ਰਦੀਪ ਹੋਣਾ ਦਾ, ਸੈਫਲ ਪ੍ਰੀਤ ਹੋਣਾ ਦਾ, ਸਾਰੀ ਭਰਾਵਾਂ ਦਾ ਬਿੰਦਰ ਹੋਣਾ ਦਾ, ਹਰਪ੍ਰੀਤ ਸਰਪੰਚ ਹੋਣਾ ਦਾ, ਸਾਰੇ ਭਰਾਵਾਂ ਦਾ ਧੰਨਵਾਦ। ਮਾਈਕ ਤੇ ਸੰਧੂ ਭਰਾ ਜਿਹੜੇ ਹੈ ਡਿਊਟੀ ਨਿਭਾਉਣਗੇ। ਉਹ ਕਹਿੰਦੇ ਕੋਟਲੇ ਬੜੀ ਵਾਲਾ ਉਹ ਟਰੈਕਟਰ ਦੀਆਂ ਸੈਲਫਾਂ ਮਾਰਦਾ, ਟਰੈਕਟਰ ਦੀ ਹਵਾ ਚੈੱਕ ਕਰਦਾ ਤੇ ਆਲਮਗੀਰੀਆ ਵੀ ਬਰਾਬਰ ਚੱਲ ਰਿਹਾ। ਉਸ ਵਰਨਿਆ ਸ਼ੇਰ ਕਹਾਣੀ ਸਾਹਮਣੇ ਤੱਕਾਂਗੇ ਕੌਡੀ ਪਾਉਣ ਦੇ ਲਈ। ਉਹ ਪਹਿਲਵਾਨਾਂ ਦਾ ਪੁੱਤ ਮੇਰੇ ਵੀਰੋ, ਆਲਮਗੀਰ ਦੀ ਧਰਤੀ ਦਾ ਜਸ਼ਨ ਅੱਗੇ ਵੱਲ ਵਧਦਾ ਹੋਇਆ। ਉਹ ਵੇਖਾਂਗੇ ਧਨੌਰੀ ਵਾਲਿਆ ਸ਼ੇਰ ਮੁੰਡੇ ਨੂੰ, ਜੇ ਟਰੈਕਟਰ ਲੈ ਕੇ ਜਾਣਾ ਹੋਏ ਸ਼ੇਰ ਮੁੰਡੇ ਨੂੰ, ਪਰ ਆਲਮਗੀਰੀਆ ਕਹਿੰਦਾ ਟਰੈਕਟਰ ਲੈ ਕੇ ਮੈਂ ਪਿੰਡ ਨੂੰ ਜਾਣਾ। ਉਸ ਵਰਨਿਆ ਸ਼ੇਰ ਕਹਾਣੀ। ਆਓ ਚੋਟੀ ਦਾ ਸੁਪਰ ਫਾਈਨਲ ਮੈਚ ਮੇਰੇ ਵੀਰੋ, ਲਹਿਲ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ। ਇੱਕ ਬੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੋਟਲਾ ਪੜੀ ਵਾਲਾ ਰਾਜੂ ਅੱਜ 3700 ਜਿੱਤਣ ਨੂੰ ਫਿਰਦਾ, ਤੇ ਦੂਜੇ ਬੰਨੇ ਗਰੇਵਾਲਾ ਦਾ ਮੁੰਡਾ ਅੱਜ 3700 ਜਿੱਤਣ ਨੂੰ ਫਿਰਦੇ ਆ। ਆ ਕੋਟਲਾ ਪੜੀ ਵਾਲਾ ਰਾਜੂ ਮੇਰੇ ਵੀਰੋ ਫੋੜਾ ਵਾਲੀ ਫੇਰ ਸਫਲ ਪਾ ਗਿਆ। ਟੱਕਰ ਸਵਰਨਿਆ ਰੇਡਰਾਂ ਦੀ ਹੈ। ਉਹ ਕਹਿੰਦੇ ਰਾਜੂ ਬਰਾਬਰ ਕਬੱਡੀਆਂ ਪਾ ਰਿਹਾ ਤੇ ਨਾਲ ਜਸ਼ਨ ਨੂੰ ਬਰਾਬਰ ਕਬੱਡੀਆਂ ਪਾ ਰਿਹਾ। ਚਟਾਣੇ ਵਾਲੇ ਨੇ 2 ਜੱਫੇ ਠੋਕ ਕੇ ਉਹ ਟਰੈਕਟਰ ਦੀ ਸੈਲਫ ਮਾਰ ਲਈ, ਉਹ ਫੋੜ ਦੀ ਸੈਲਫ ਮਾਰ ਲਈ। ਸਵਰਨਿਆ ਸਾਹਮਣੇ ਆਲਮਗੀਰੀਆ ਜਸ਼ਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਹੁਣ ਰਾਜੂ ਤੇ ਜਸ਼ਨ ਦੀ ਟੱਕਰ ਹੈ ਫੋੜ ਦੀ ਮੇਰੇ ਵੀਰੋ, ਉਹ ਰਾਜੂ ਤੇ ਜਸ਼ਨ ਦੀ ਟੱਕਰ ਹੈ ਫੋੜ ਦੀ। ਸਾਹਮਣੇ ਕਬੱਡੀ ਪਾ ਕੇ ਆਲਮਗੀਰੀਆ ਭੰਗੜੇ ਪਾਉਂਦੇ ਆ, ਹਰ ਮਾਲਾ ਘੁੰਮਦੀਆਂ, ਹਰ ਲਲਕੜੇ ਵੱਜਦੇ ਆ। ਉਹ ਸੱਤੀ ਦੀ ਕਬੱਡੀ ਸਵਰਨਿਆ ਸ਼ੇਰ ਕਹਾਣੀ। ਹੋ ਜਰਗੜੀ ਵਾਲੇ ਸੱਤੀ ਦੀ ਕਬੱਡੀ ਚਟਾਣਿਆਂ ਵਾਲਿਆ, ਜੇ ਫੋੜ ਜਮਈ ਪੱਕਾ ਕਰਦਾ ਇੱਕ ਜਫਾ ਹੋਰ ਲਾਉਣਾ ਪੈਣਾ, ਇੱਕ ਜਫਾ ਹੋਰ ਲਾਉਣਾ ਪੈਣਾ। ਨਾਲ ਹੀ ਸ਼ਰਨਾ ਡੱਗੂ ਵਾਲਾ, ਹਉ ਕਲਵੀਰਾ ਜਟਾਣਿਆ ਵਾਲਾ, ਜਰਗੜੀ ਵਾਲਾ ਸੱਤੀ ਭੱਜ ਗਿਆ। ਐਕਸ਼ਨਾਂ ਵਾਲੀ ਮਸ਼ੀਨ ਹਾਦਮੁਰਦੀ ਵਾਲਾ, ਐਕਸ਼ਨਾਂ ਵਾਲੀ ਮਸ਼ੀਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ
ਪੈਰ ਬਾਰਡਰੋਂ ਪਾਰ ਹੋਣ ਦੇ ਇਸ਼ਾਰੇ ਡੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ। ਆਓ ਫੇਰ ਚੱਲਿਆ ਫੋੜ ਦੀ ਪਾਉਣ ਓਏ ਸਵਰਨਿਆ, ਆਓ ਫੇਰ ਚੱਲਿਆ ਫੋੜ ਦੀ ਪਾਉਣ, ਤੇ ਹੁਣ ਜਟਾਣੇ ਵਾਲਿਆ ਸ਼ੇੜ ਮੁੰਡੇ ਨੂੰ ਓਏ ਸ਼ਰਨਿਆ, ਸ਼ੇੜ ਮੁੰਡੇ ਨੂੰ ਜੇ ਜਸਨ ਆਲਮਗੀਰੀਏ ਨੂੰ ਫੋੜ ਜਿਤਾਉਣਾ ਤਾਂ ਇਹਨੂੰ ਜੱਫਾ ਲਾਉਣਾ ਪੈਣਾ, ਜੇ ਰਾਜੂ ਨੂੰ ਫੋੜ ਜਿਤਾਉਣਾ ਤਾਂ ਆਲਮਗੀਰੀਏ ਜਸ਼ਨ ਨੂੰ ਜੱਫਾ ਲਾਉਣਾ ਪੈਣਾ। ਇੱਕ ਪਾਸੇ ਜਟਾਣਿਆਂ ਵਾਲਾ ਕੁਲਵੀਰ ਹੈ ਤੇ ਦੂਜੇ ਪਾਸੇ ਕੋਟਲਾ ਪੜੀ ਵਾਲਾ ਬੱਬਰ ਸ਼ੇਰ ਕਬੱਡੀ ਦਾ। ਉਹ ਪੱਲੇ ਪੱਲੇ ਹੋ ਗਈ ਮਿੱਤਰੋ ਹੰਦਿਆਂ ਦੇ ਟੱਕਰ, ਖੜਕਾ ਦੜਕਾ ਡੰਬਰ ਰੇਡਰ ਦਾ ਸਵਰਨਿਆ ਸ਼ੇੜ ਕਹਾਣੀ। ਉਹ ਕਹਿੰਦੇ ਜੀਵਨ ਸਿੰਘ ਗਿੱਲ ਦਾ ਪੁੱਤ ਕਿੱਥੇ ਦਬਦਾ, ਉਹ ਸੰਧੂਆ ਅਮਰੀਕਾ ਵਾਲੇ ਮਨੀ ਉਰੀ ਪੰਜਾਬੀ ਢਾਬੇ ਵਾਲੇ ਮਾਣ ਕਰਦੇ ਆ। ਉਹ ਕਹਿੰਦੇ ਵੀ ਜਸ਼ਨ ਦਾ ਰਾਜੂ ਦਾ ਵੀ ਵੱਡਾ ਸਨਮਾਨ, ਤੇ ਕਾਰਖਾਨਾ ਵਾਲੇ ਜੱਸੇ ਨੂੰ ਵੀ ਗੱਡੀ ਮਨੀ ਪੰਜਾਬੀ ਢਾਬਿਆਂ ਦੇ ਮਿੱਤਰਾਂ ਵੱਲੋਂ ਦਿੱਤੀ ਜਾਵੇਗੀ, ਪਰ ਸਾਹਮਣੇ ਗਰੇ ਵਾਲਾ ਨਾਮ ਮੁੰਡਾ ਜਸ਼ਨ ਤੇ ਕਬਜ਼ਾ। ਫਿਰ ਹੁਣ ਵੇਖਾਂਗੇ ਫੋੜ ਤੇ ਦੋਨੇ ਰੇਡਰਾਂ ਦੀ ਟੱਕਰ ਚੱਲੀ ਹੋਈ ਹੈ। ਸ਼ਰਨਾ ਕਹਿੰਦਾ ਕੁਲਵੀਰੇ ਨੂੰ ਉਹ ਰਾਜੂ ਨੂੰ ਦੱਬਣਾ ਹੈ, ਆਓ ਕੁਲਵੀਰਾ ਕਹਿੰਦਾ ਰਾਜੂ ਨੂੰ ਫੜ ਕੇ ਫੋੜ ਜਸ਼ਨ ਆਲਮਗੀਰੀਏ ਦੇ ਘਰੇ ਭੇਜਣਾ। ਪਰ ਦੂਜੇ ਪਾਸੇ ਵੀ ਮਨੀ ਕਹਿੰਦਾ ਕਿ ਜਸ਼ਨ ਨੂੰ ਫੜਨਾ ਤੇ ਫੋੜ, ਆਓ ਕਹਿੰਦੇ ਰਾਜੂ ਕੋਟਲੇ ਪੜੀ ਦੇ ਘਰੇ ਭੇਜਣਾ ਹੈ। ਸਾਹਮਣੇ ਕੌਡੀ ਪਾਉਣ ਦੇ ਲਈ ਇੱਕ ਪਾਸੇ ਰਾਜੂ ਹੈ, ਉਹ ਦੂਜੇ ਪਾਸੇ ਸ਼ਰਨਾ ਡੱਗੂਰ ਵਾਲੇ ਵਾਲਾ ਛਾਲਾ ਮਾਰਦਾ ਭੰਗੜੇ ਪਾਉਂਦਾ ਸਵਰਨਿਆ ਸ਼ੇੜ ਕਹਾਣੀ। ਓਏ ਜੱਫਾ ਨੀ ਲੱਗਿਆ ਆਲਮਗੀਰੀਏ ਜਸਨ ਦਾ ਫੋੜ ਨੇੜੇ ਨੂੰ ਹੁੰਦਾ ਜਾਂਦਾ, ਆਲਮਗੀਰੀਏ ਜਸਨ ਦਾ ਫੋੜ ਉਹਦੇ ਕਬਜ਼ੇ ਚ ਹੁੰਦਾ ਜਾਂਦਾ। ਡੱਗੂਰ ਮਾਣੇ ਵਾਲਿਆ ਸਿਰਾ ਲਾਤਾ ਦਮੁਰਜੀ ਵਾਲਾ ਕਾਫੀ ਚਿਰਦਾ ਆਹੀ ਕਹਿੰਦਾ ਸੀ, ਦਮੁਰਜੀ ਵਾਲਾ ਆਹੀ ਕਹਿੰਦਾ ਸੀ ਜਸ਼ਨ ਆ ਗਿਆ ਸੰਧੂਆ। ਤੇ ਉਧਰੋਂ ਸਵਰਨਿਆ ਭੰਗੜੇ ਫੁੱਲ ਪੈਂਦੇ ਨੇ, ਭੰਗੜੇ ਫੁੱਲ ਪੈਂਦੇ ਆ ਸਾਹਮਣੇ ਆਲਮਗੀਰੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਇੱਕ ਪਾਸੇ ਧਨੌਰੀ ਵਾਲਾ ਇਹ ਨੀ ਹਟਦਾ, ਇਹ ਤਾਂ ਫੋੜ ਲੈ ਕੇ ਜਾਊ ਸੰਧੂਆ, ਇਹ ਨੀ ਹਟਦਾ, ਇਹ ਤਾਂ ਕਹਿੰਦਾ ਫੋੜ ਅੱਜ ਆਲਮਗੀਰ ਨੂੰ ਲੈ ਕੇ ਜਾਣਾ। ਚਲੋ ਜਵਾਨਾ ਪਾਕ ਵੱਡੀ ਸੱਤੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਇੱਕ ਸਰਨੇ ਨੇ ਠੋਕਤਾ ਤੇ ਦੋ ਕੁਲਵੀਰੇ ਨੇ ਠੋਕਤੇ, ਉਹ ਜਟਾਣਿਆਂ ਵਾਲਾ ਫੋੜ ਦੀਆਂ ਸੈਲਫਾਂ ਮਾਰ ਕੇ ਔਰ ਰੇਸ ਦੇ ਕੇ ਸਟੇਡੀਅਮ ਤੋਂ ਫੋੜ ਕੱਢਣ ਲੱਗਿਆ ਹੋਇਆ ਸਵਰਨਿਆ ਸ਼ੇੜ ਕਹਾਣੀ। ਹੋ ਯਲਗੜੀ ਵਾਲਾ ਸੱਤੀ ਮੇਰੇ ਵੀ ਉਹ ਵਧਿਆ ਹੋਇਆ ਆ ਆ ਸ਼ਰਨਾ, ਪਰ ਕਕਰਾਲੇ ਵਾਲਾ ਰਾਜ ਕਹਿੰਦਾ ਵੀ ਡਬਲ ਟੱਚ ਹੈ। ਕੀ ਹੈ ਜੀ ਰੀਪਲੇ, ਆ ਪੁਆਇੰਟ ਦਾ ਰੀਪਲੇ ਮੰਗਿਆ ਗਿਆ, ਰਿਵਿਊ ਮੰਗਿਆ ਗਿਆ, ਆ ਨੰਬਰ ਹੋਲਡ ਹੈ, ਇਹ ਰੀਪਲੇ ਮੰਗਿਆ ਗਿਆ। ਸਾਹਮਣੇ ਦਮੁਰਜੀ ਵਾਲਾ ਅੰਬਰਸਰੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਖੇਰਾਂ ਦੇ ਵਿੱਚੋਂ ਅਮਰੀਕ ਖੋਸੇ ਕੋਟਲੇ ਵਾਲਿਆ ਆਹ ਵੇਖ, ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ। ਆਓ ਚੱਲਿਆ ਫੋੜ ਦੀ ਪਾਉਣ ਓਏ ਸਵਰਨਿਆ, ਆਓ ਚੱਲਿਆ ਫੋੜ ਦੀ ਪਾਉਣ, ਜਸ਼ਨ ਨਾਲ ਮੁਕਾਬਲਾ ਹਲੇ ਬਰਕਰਾਰ ਆ, ਸ਼ੇੜ ਕਹਾਣੀ ਰਾਜੂ ਦੀ ਕਬੱਡੀ ਹੈ। ਹੋ ਕੋਟਲਾ ਪੜੀ ਵਾਲੇ ਰਾਜੂ ਦੀ ਕਬੱਡੀ, ਜੀਵਨ ਸਿੰਘ ਗਿੱਲ ਦੇ ਪੁੱਤ ਦੀ ਕਬੱਡੀ ਮੇਰੇ ਵੀਓ, ਇਸ ਸਮੇਂ ਖੇਡ ਮੈਦਾਨ ਚ ਪਈ ਹੋਈ ਹੈ। ਫਾਦਰ ਸਾਹਿਬ ਥਾਣੇਦਾਰ ਦੇ ਪਰ ਜਟਾਣਿਆਂ ਵਾਲਾ, ਜਟਾਣਿਆਂ ਵਾਲੇ ਦਾ ਫੋੜ ਪੱਕਾ ਹੋ ਗਿਆ ਓਏ, ਤਿੰਨ ਠੋਕ ਤੇ ਆਲਮਗੀਰੀਏ ਦਾ ਫੋੜ ਵੀ ਮੈਨੂੰ ਲੱਗਦਾ ਉਹ ਗੁਰੂ ਘਰ ਦੇ ਕੋਲ ਦੀ ਇਹਦੇ ਘਰ ਵੱਲ ਤੁਰਿਆ ਜਾਂਦਾ ਸੰਧੂਆ, ਇਹਦੇ ਘਰ ਵੱਲ ਤੁਰਿਆ ਜਾਂਦਾ ਸ਼ੇੜ ਕਹਾਣੀ। ਇਹ ਤਾਂ ਜਸ਼ਨ ਕਹਿੰਦਾ ਵੀ
ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਫੋਰਡ ਅੱਜ ਸ਼ੂਕਦਾ ਜਾਊ ਮੇਰੇ ਪੰਜਾਬੀ ਵੀਰਿਓ ਹਰ ਸਾਹਮਣੇ ਜਸ਼ਨ ਦੀ ਕਬੱਡੀ ਆਲਮਗੀਰੀਆ ਮੇਰੇ ਵੀ ਅੱਜ ਫੋੜਾਂ ਦੀਆਂ ਪਾ ਰਿਹਾ ਹੁਣ 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 ਪੱਕਾ ਫੋਰਡ ਪੱਕਾ ਇਹ ਨਹੀਂ ਦਬਦਾ ਇਹ ਨਹੀਂ ਰੁਕਦਾ ਇਹਨੇ ਤਾਂ ਫੋਰਡ ਸੰਧੂਆ ਹਾਂ ਸਿੱਧਾ ਜੀ ਟੀ ਰੋਡ ਤੇ ਚੜ ਲਿਆ ਹਾਂ ਸਿੱਧਾ ਪਿੰਡ ਨੂੰ ਭਜਾ ਲਿਆ ਹੁਣ ਰੋਕੋ ਜੇ ਰੋਕਿਆ ਜਾਂਦਾ ਉਧਰੋਂ ਜਟਾਣਿਆਂ ਵਾਲੇ ਨੇ ਤਿੰਨ ਠੋਕ ਤੇ ਉਹਨੇ ਵੀ ਫੋੜ ਆਪਣੇ ਪਿੰਡ ਨੂੰ ਭਜਾ ਲਿਆ ਉਸ ਵਰਨਿਆ ਖੇਡ ਕਹਾਣੀ ਹਾਂ ਜਟਾਣਿਆਂ ਵਾਲੇ ਨੇ ਵੀ ਫੋੜ ਮੇਰੇ ਵੀ ਉਹ ਹਾਂ ਮਾਨ ਸੱਟ ਪਾ ਲਿਆ ਮਾਨ ਸੱਟ ਪਾ ਲਿਆ ਲੈ ਗਿਆ ਮੂਸੇ ਵਾਲੇ ਦੇ ਜ਼ਿਲ੍ਹੇ ਵੱਲ ਨੂੰ ਜੇਐਮਡੀ ਟਰਾਂਸਪੋਰਟ ਵੱਲੋਂ ਜਟਾਣਿਆਂ ਵਾਲੇ ਕੁਲਵੀਰ ਦੇ ਜਫੇ ਦਾ 2000 ਹਰਮੇਸ਼ ਯੂਐਸਏ ਨਰਪਾਲ ਸਿੰਘ ਜੀ ਸਾਡੇ ਵੀਰ ਨਵੀ ਉਹਨਾਂ ਵੱਲੋਂ ਪੌਦਾ ਕਰ ਦਿੱਤਾ ਗਿਆ ਨਵੀ ਜਿਹੜੇ ਜਿਹੜੇ ਦੀਪ ਦਮੁਰ ਜੀ ਨੂੰ ਤਿਆਰ ਕਰਦੇ ਕਤਾਰੀ ਗੱਡ ਕੇ ਦਮੁਰ ਜੀ ਵਾਲੇ ਦੀਪ ਵਾਸਤੇ ਵੀ ਮਾਰਦੇ ਹੋ ਮੁਕਾਬਲਾ ਸਮਾਪਤ ਹੋ ਗਿਆ ਆਲਮਗੀਰੀਏ ਨੇ ਫੋੜ ਤੇ ਹਨੀ ਚਹਿਲ ਕਬਜ਼ਾ ਕਰ ਲਿਆ ਤੇ ਜਾਫੀ ਨੇ ਉਹ ਜਟਾਣਿਆਂ ਵਾਲੇ ਬੱਬਰ ਸ਼ੇਰ ਨੇ ਫੋੜ ਤੇ ਕਬਜ਼ਾ ਕਰ ਲਿਆ ਆ ਲੋਈਆਂ ਘਮਾਉਂਦੇ ਫਿਰਦੇ ਆ ਇਹ ਕਹਿੰਦੇ ਪਿੰਡ ਤੱਕ ਭੰਗੜਾ ਹੀ ਪਾਉਂਦੇ ਜਾਵਾਂਗੇ ਪਿੰਡ ਤੱਕ ਭੰਗੜਾ ਹੀ ਪਾਉਂਦੇ ਜਾਵਾਂਗੇ ਅੱਜ ਦੇ ਰਿਜ਼ਲਟ ਫਾਈਨਲ ਲਹਿਲ ਦੇ 21 ਨੰਬਰ ਨੇ ਤੇ ਮੇਰੇ ਵੀਰੋ ਜਰਗੜੀ ਦੇ 13.5 ਜਸ਼ਨ ਨੇ ਕੌਡੀਆਂ 11 ਪਾ ਕੇ 11 ਨੰਬਰ ਪ੍ਰਾਪਤ ਕੀਤੇ ਨੇ ਤੇ ਰਾਜੂ ਨੇ 11 ਚੋਂ 9 ਨੇ ਜਸ਼ਨ ਆਲਮਗੀਰੀ ਫੋਰਡ ਆਪਣੇ ਪਿੰਡ ਨੂੰ ਲੈ ਗਿਆ ਤੇ 7 ਟੱਚ 3 ਜੱਫੇ ਕਲਵੀਰਾ ਜਟਾਣਿਆਂ ਦਾ ਆਪਣੇ ਤੇ ਹੈਲੋ ਸ਼ਰਨੇ ਦੇ 2 ਜੱਫੇ ਤੇ ਟੀਮ ਦੀ ਸਹਿਮਤੀ ਨਾਲ ਸ਼ਰਨਾ ਵੀ ਬੈਠਾ ਹੈ ਜਸ਼ਨ ਆ ਮੁਬਾਰਕਾਂ ਆਹ ਮੁਬਾਰਕਾਂ ਭੰਗੜੇ ਪੈਂਦੇ ਆ ਆਹ ਦੇਖ ਤੇਰੇ ਦਵਾਨੇ ਅੱਜ ਨੱਚਦੇ ਫਿਰਦੇ ਆ ਸਵਰਨਿਆ ਸ਼ੇੜ ਕਹਾਣੀ ਲਵੀ ਜਿਹੜੇ ਜਿਹੜੇ ਦਰਸ਼ਕਾਂ ਨੂੰ ਜਸ਼ਨ ਆਲਮਗੀਰ ਦੇ ਫੋਰਡ ਜਿੱਤਣ ਦਾ ਚਾਅ ਚੜਿਆ ਇੱਕ ਗੱਡ ਕੇ ਤਾਰੀ ਸਾਡੇ ਜਸ਼ਨ ਆਲਮਗੀਰ ਸਾਰੀ ਦੁਨੀਆ ਖੁਸ਼ ਹੈ ਸਾਡੇ ਸੁੱਖਾ ਯੂਐਸਏ ਸੰਦੀਪ ਨਿਜ਼ਾਮਪੁਰ ਯੂਐਸਏ ਉਹਨਾਂ ਵੱਲੋਂ 1-1 ਹਜ਼ਾਰ ਜਿੱਤਣ ਵਾਲੀ ਟੀਮ ਨੂੰ ਪੈਸੇ ਫੜ ਲਓ ਦੋਨੇ ਟੀਮਾਂ ਦੇ ਖਿਡਾਰੀ ਪੈਸੇ ਫੜ ਲਓ ਹਾਂਜੀ 24 ਤਰੀਕ ਜੰਡਿਆਲੀ ਦੇ ਕਬੱਡੀ ਕੱਪ ਦੀ ਹੈ ਸਾਹਨੇਵਾਲ ਦੇ ਨੇੜੇ ਜਸ ਸਾਡਾ ਵੀ ਜੰਡਿਆਲੀ ਤੇ ਦਲਜੀਤ ਸਿੰਘ ਜੀ ਰਾਮਗੜ੍ਹ ਵਾਲੇ ਉਹਨਾਂ ਵੱਲੋਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵੱਡੇ ਕੱਪ ਦੇ ਜੰਡਿਆਲੀ ਦੇ ਲਈ ਪਿਆਰ ਭਰੇ ਸੱਦੇ ਹੈ ਔਰ 25 ਫਰਵਰੀ ਜ਼ਿਲ੍ਹੇ ਲੁਧਿਆਣੇ ਦੇ ਕਿਲ੍ਹਾ ਰਾਏਪੁਰ ਦੇ ਲਾਗੇ ਮੇਰੇ ਵੀ ਉਹ ਬੀਲੇ ਪਿੰਡ ਦੇ ਕਬੱਡੀ ਕੱਪ ਦੀ ਗੱਲ ਕਰਾਂਗੇ 25 ਫਰਵਰੀ ਜਿਹੜੀ ਬੀਲੇ ਜ਼ਿਲ੍ਹੇ ਲੁਧਿਆਣੇ ਦਾ ਕਬੱਡੀ ਕੱਪ ਖੇਡਿਆ ਜਾਵੇਗਾ ਉੱਥੇ ਵੀ ਸਭ ਨੂੰ ਪਿਆਰ ਭਰੇ ਸੱਦੇ ਹੈ ਔਰ 29 ਫਰਵਰੀ ਸਾਡਾ ਭਰਾ ਗਿੰਨੀ ਆਸਟ੍ਰੇਲੀਆ ਲਵਪ੍ਰੀਤ ਕੈਨੇਡਾ ਕਹਿੰਦਾ ਵੀ ਜਿਵੇਂ ਅੱਜ ਫੋੜ ਦਿੱਤੇ ਗਏ ਹੈ ਔਰ 29 ਫਰਵਰੀ ਨੂੰ ਵੀ ਮਦਨੀਪੁਰ ਪਿੰਡ ਵਿੱਚ ਫੋੜ ਦਿੱਤੇ ਜਾਣਗੇ ਉੱਥੇ ਵੀ ਸਭ ਨੂੰ ਪਿਆਰ ਭਰੇ ਸੱਦੇ ਫੋੜ ਦਿੱਤੇ ਜਾਣਗੇ ਮੇਰੇ ਵੀਰੋ ਫੋੜ ਦਿੱਤੇ ਜਾਣਗੇ ਸਾਡਾ ਗਿੰਨੀ ਆਸਟ੍ਰੇਲੀਆ ਲਵਪ੍ਰੀਤ ਕੈਨੇਡਾ ਹਨੀ ਚਾਲ
ਉਹ ਫੋੜ ਜਿਹੜੇ ਨੱਤੀ ਨੂੰ ਵੀ ਵੇਖਾਂਗੇ ਕਿੱਧਰ ਨੂੰ ਜਾਣਗੇ ਮਦਨੀਪੁਰ ਦੇ ਕਬੱਡੀ ਕੱਪ ਦੇ ਮੇਰੇ ਵੀਰੋ ਨਹੀਂ ਦਿਸਾ। ਹਾਂਜੀ ਉਧਰ ਧੰਨਵਾਦ ਇੱਕ ਰਾਜੂ ਕੋਟਲਾ ਪੜੀ ਦੇ ਪਰਮ ਮਿੱਤਰ ਅਮਰੀਕਾ ਤੋਂ ਲਾਈਵ ਜੁੜਿਆ ਸਾਡਾ ਵੀਰ ਮਨੀ ਅਮਰਾਲੀ ਪੰਜਾਬੀ ਢਾਬੇ ਵਾਲਾ ਅਮਰੀਕਾ ਤੋਂ ਨਾਲ ਪਿੰਦੀ ਬਾਬੇ ਕਾ ਜੰਡੀ USA ਔਰ ਸਾਡਾ ਵੀਰ ਪ੍ਰੀਤ ਨਿਊ ਯਾਰਕ USA ਸੀਤਾ ਸਰਪੰਚ ਜਨੌਰ ਮਨੀ ਬਰਾੜ ਗੋਗੋਆਣੀ ਨਵਨੀਤ ਕਬੱਡੀ ਜੰਕਸ਼ਨ ਵਾਲਾ ਜੱਗੀ ਪੜੋਸਟ੍ਰੇਲੀਆ ਪ੍ਰਧਾਨ ਡਾਕਟਰ ਅਮਰਾਲੀ USA ਫੌਜੀ ਅਮਰਾਲੀ ਗਣਪਤੀ ਜੂਲਰ ਕਾਲਾ ਮਾਵੀ ਬਰਗਰ ਵਾਈਟ ਵਾਲੇ ਤੇ ਨਾਲ ਕਾਲਾ ਜੰਡੀ ਅਹੰਕਾਰ USA ਮਲਕੀਤ ਨੀਟਾ ਤੇ ਟੋਨੀ ਮਲਤਾਨੀ ਇਹਨਾਂ ਵੱਲੋਂ ਘਰਖਣਾ ਵਾਲੇ ਜੱਸੇ ਨੂੰ ਸਵਿਫਟ ਗੱਡੀ ਦਿੱਤੀ ਜਾਊ। ਤਾੜੀਆਂ ਮਾਰ ਦਿਓ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਨੀ ਸਾਡਾ ਵੀਰ ਅਮਰਾਲੀ ਪੰਜਾਬੀ ਢਾਬੇ ਵਾਲਾ। ਆ ਜਾਓ ਹੁਣ ਜਿਹੜੇ ਨਾਮਾਂ ਦੀ ਵੰਡ ਕੀਤੀ ਜਾਣੀ ਹੈ। ਹਾਂਜੀ ਰਾਜੂ ਲਈ ਵੀ ਸੰਧੂਆ ਇਹਨਾਂ ਭਰਾਵਾਂ ਵੱਲੋਂ ਬਹੁਤ ਵੱਡਾ ਮਾਣ ਰਾਜੂ ਕੋਟਲਾ ਪੜੀ ਲਈ ਦਿੱਤਾ ਗਿਆ ਕਿਉਂਕਿ ਰਾਜੂ ਦੇ ਜੁੰਡੀ ਦੇ ਯਾਰ ਨੇ ਨਿਊਯਾਰਕ ਕਬੱਡੀ ਕੱਪ ਦਾ ਮੇਰੇ ਵੀ ਉਹ ਬਹੁਤ ਵੱਡਾ ਨਾਂ ਹੁੰਦਾ ਨਿਊਯਾਰਕ ਕਲੱਬ ਦਾ ਵੀ। ਧੰਨਵਾਦ। ਥੋੜੇ ਥੋੜੇ ਸਾਈਡ ਤੇ ਹੋ ਜਾਓ ਹੁਣ ਜਿਹੜੀ ਨਾਮਾਂ ਦੀ ਵੰਡ ਕੀਤੀ ਜਾਣੀ ਹੈ ਬੇਨਤੀ ਹੈ ਥੋੜੇ ਥੋੜੇ ਸਾਈਡ ਤੋਂ ਜਾਲ ਖੋਲ ਦੋ ਫੋੜ ਜਿਹੜੇ ਗਰਾਊਂਡ ਦੇ ਵਿੱਚ ਆਉਣਗੇ ਆਪੋ ਆਪਣੇ ਬਟੂਏ ਸਾਂਭ ਕੇ ਰੱਖੋ ਮੋਬਾਈਲ ਤੇ ਬਟੂਏ ਕਿਉਂਕਿ ਆਹ ਟਾਈਮ ਦੇ ਵਿੱਚ ਚੋਰ ਫਾਇਦਾ ਉਠਾ ਜਾਂਦੇ ਆ ਆਪ ਆਪਣੇ ਮੋਬਾਈਲ ਤੇ ਬਟੂਏ ਸਾਂਭ ਕੇ ਰੱਖੋ ਤੁਹਾਨੂੰ ਬੇਨਤੀ ਆ ਸਭਨਾਂ ਨੂੰ। ਹਾਂਜੀ ਉਧਰ ਹਰਮੇਸ USA JMD ਟਰਾਂਸਪੋਰਟ ਵਾਲੇ ਇੰਦਰਜੀਤ ਸਾਡਾ ਵੀਰ ਨਵੀ ਭਦੇਰ ਪ੍ਰਦੀਪ ਬਾਈ ਅਰਜਿੰਦਰ ਥੋੜੇ ਥੋੜੇ ਸਾਈਡ ਤੇ ਹੋ ਜਾਓ ਸਾਰੇ ਬੇਨਤੀ ਹੈ ਉਹ ਭਰਾਵੋ ਸਾਈਡ ਤੇ ਹੋ ਲੋ ਟਰੈਕਟਰ ਕੱਢਣ ਦੇ ਬਾਰੇ ਸਵਰਨ ਰਾਜ ਪਿੰਡਰ ਆ ਜੇ ਰਾਜ ਪਿੰਡਰ ਰਾਜ ਪਿੰਡਰ ਕਹਿੰਦਾ 25 ਤਰੀਕ ਡੈਂਪਲ ਸਥਿਆਲੇ ਵਾਲ ਦੇ ਕਬੱਡੀ ਕੱਪ ਤੇ ਬੁਲਟ ਦਿੱਤੇ ਜਾਣਗੇ ਉੱਥੇ ਵੀ ਸਭ ਨੂੰ ਪਿਆਰ ਭਰੇ ਸੱਦੇ। ਰਾਉਚ ਕਲਵੀਰਾ ਬੁਲਾਉਂਦਾ
ਬੋਲੇ ਸੋਨੇ ਹੋਣ ਭਾਈ ਕੱਟ ਬਰਾਂ ਹੋਇਓ ਕੱਟ ਕਟਾ ਲੋ ਆ ਵੀਰੇ ਮਗਰ ਹੋ ਜਾ ਵੀਰੇ ਵੀਰੇ ਮਗਰ ਹੋ ਜਾ ਇਹਨਾਂ ਨੂੰ ਫੋਟੋ ਕਰ ਲਾਉਣ ਦੋ ਹੈਲੋ ਸਾਈਡ ਤੇ ਹੋ ਜਾ ਭਾਈ ਆ ਵੀਰੇ ਆ ਮਗਰ ਹੋ ਜਾ ਯਾਰ ਪਰਾਂ ਹੋ ਜਾਓ ਸਾਈਡ ਤੇ ਹੁਣ ਜਿਹੜੇ ਨਾਮਾਂ ਦੀ ਵੰਡ ਕਰਨੀ ਹੈ ਯਾਰ ਥੋੜਾ ਥੋੜਾ ਸਾਈਡ ਦੇ ਦਿਓ ਆਹ ਸੇਵਕ ਵੇਖੋ ਅੱਡੀਆਂ ਭਾਰ ਹੋ ਗਏ 365.com ਦਾ ਕੈਮਰਾ 7 ਫੁੱਟ ਉੱਚਾ ਕਰੀ ਫਿਰਦਾ 7 ਫੁੱਟ ਉੱਚਾ ਆਹ ਕੱਠ ਵਾਲਾ ਗੁਰਪ੍ਰੀਤ ਵੀ ਅੱਜ ਪੂਰਾ ਖੁਸ਼ ਹੈ ਆ ਜਾਓ ਨਾਮਾਂ ਦੀ ਵੰਡ ਕਰ ਦਈਏ ਆ ਬੇਨਤੀ ਆ ਜਿਹੜਾ ਮੂਹਰੋਂ ਵੇਲਾ ਕਰ ਦਿਓ ਸਰਨੇ ਇੱਧਰ ਆ ਜਾ ਸਵਰਨ